ਗੁੱਡ ਆਫਟਰਨੂਨ ਚੰਡੀਗੜ੍ਹ। ਅੱਜ ਦੀ ਇੱਕ ਵੀਡੀਓ ਵਿੱਚ ਫਿਰ ਤੁਹਾਡੇ ਲਈ ਇੱਕ ਨਵਾਂ ਇੰਡੀਪੈਂਡੈਂਟ ਹਾਊਸ ਲੈ ਕੇ ਆ ਗਿਆ, ਯਾਨੀ ਕਿ ਜੜ੍ਹ ਤੋਂ ਲੈ ਕੇ ਉੱਪਰ ਤੱਕ ਪੂਰਾ ਘਰ ਤੁਹਾਡਾ ਰਹੇਗਾ। ਜੋ ਮੇਰੀ ਬੈਕ ਸਾਈਡ ਤੁਸੀਂ ਬਿਊਟੀਫੁੱਲ ਜਿਹਾ ਗ੍ਰੇ ਕਲਰ ਦਾ ਹਾਊਸ ਦੇਖ ਰਹੇ ਹੋ, 110 ਗਜ਼ ਵਿੱਚ ਡਿਜ਼ਾਈਨ ਕੀਤਾ ਗਿਆ ਆ। 3 ਬੈੱਡਰੂਮ ਤੁਹਾਡੇ ਲਈ ਡਿਜ਼ਾਈਨ ਕੀਤੇ ਗਏ ਆ, ਜਿਸ ਵਿੱਚੋਂ 2 ਬੈੱਡਰੂਮ ਤੁਹਾਡੇ ਗਰਾਊਂਡ ਫਲੋਰ 'ਤੇ ਆ ਜਾਣਗੇ ਅਤੇ 1 1 BHK ਯਾਨੀ ਕਿ ਹਾਲ ਪਲੱਸ ਕਮਰਾ ਤੁਹਾਡਾ ਫਸਟ ਫਲੋਰ 'ਤੇ ਆ ਜਾਏਗਾ। ਯਾਨੀ ਕਿ 2.5 ਸਟੋਰੀ ਦੀ ਕੰਸਟਰਕਸ਼ਨ ਲਗਭਗ ਤੁਹਾਨੂੰ ਮਿਲ ਰਹੀ ਹੈ। ਲੋਕੇਸ਼ਨ ਬਹੁਤ ਖਾਸ ਹੈ, ਆਪਾਂ ਇਸ ਵੇਲੇ ਏਅਰਪੋਰਟ ਰੋਡ ਦੇ ਨਜ਼ਦੀਕ ਹੈ, ਸੈਕਟਰ 123 ਮੋਹਾਲੀ ਵਿੱਚ, ਯਾਨੀ ਕਿ ਸਭ ਤੋਂ ਪ੍ਰਾਈਮ ਸੈਕਟਰ ਇਸ ਵੇਲੇ ਇਸ ਏਰੀਆ ਦਾ ਡਿਵੈਲਪਮੈਂਟ ਹੋ ਰਿਹਾ ਔਰ ਸਭ ਤੋਂ ਜ਼ਿਆਦਾ ਐਪਰੀਸੀਏਸ਼ਨ ਇਸ ਏਰੀਆ 'ਚ ਆ ਰਿਹਾ। ਘਰ ਦੇ ਅੱਗੇ ਤੁਹਾਨੂੰ 30 ਫੀਟ ਦੀ ਵਾਈਡ ਰੋਡ ਮਿਲ ਰਹੀ ਹੈ, ਯਾਨੀ ਕਿ ਬਹੁਤ ਵਧੀਆ ਪਾਰਕਿੰਗ ਸਪੇਸ ਵੀ ਮਿਲਣ ਵਾਲਾ ਆ। ਘਰ ਦਾ ਪ੍ਰਾਈਸ ਸਿਰਫ ਅਤੇ ਸਿਰਫ 95 ਲੱਖ ਰੱਖਿਆ ਗਿਆ ਆ, ਜੋ ਕਿ ਡੇ ਬਾਏ ਡੇ ਵੱਧਦਾ ਜਾਏਗਾ। ਸੋ ਬੈਟਰ ਹੈ ਤੁਸੀਂ ਜਲਦੀ ਤੋਂ ਵੀਡੀਓ ਦੇਖ ਕੇ ਵਿਜ਼ਿਟ ਪਲੈਨ ਕਰਕੇ ਇਸ ਘਰ ਨੂੰ ਆਪਣਾ ਬਣਾ ਲਓ। ਵੀਡੀਓ ਪਸੰਦ ਆਏ ਤਾਂ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਸੋ ਦੈਟ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ। ਆਓ ਘਰ ਦਾ ਓਵਰਵਿਊ ਕਰਦੇ ਹਾਂ, ਕਿਸ ਤਰੀਕੇ ਨਾਲ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਗਿਆ ਜ਼ਰੂਰ ਦੇਖਦੇ ਰਹੀਓ। ਫਰੈਂਡਸ, ਇਹ ਆ ਜਾਏਗਾ ਤੁਹਾਡੇ ਘਰ ਦਾ ਬਿਊਟੀਫੁੱਲ ਗ੍ਰੇ ਐਲੀਵੇਸ਼ਨ ਵਿੱਚ ਆਇਰਨ ਵਰਕ ਦਿਖ ਰਿਹਾ, ਸਟੇਨਲੈਸ ਸਟੀਲ ਦੀ ਰੇਲਿੰਗ ਦੇ ਵਿੱਚ ਟਫਨ ਗਲਾਸ ਦਾ ਵਰਕ ਦੇਖਣ ਨੂੰ ਮਿਲ ਰਿਹਾ ਆ। ਐਂਟਰੀ ਗੇਟ ਡਬਲ ਪਿਲਰਸ ਦੇ ਨਾਲ ਰਹੇਗਾ, ਜਿਸ ਵਿੱਚ ਲੈਂਪਸ ਲੱਗੇ ਹੋਏ ਆ, ਔਰ ਬਾਹਰ ਤੁਹਾਡਾ ਗ੍ਰੀਨਰੀ ਆ ਜਾਏਗੀ ਜੋ ਕਿ ਪਲਾਂਟਸ ਲਗਾ ਦਿੱਤੇ ਗਏ ਆ। ਸੋ ਓਵਰਆਲ ਗੱਲ ਕਰੀਏ, ਲਗਭਗ ਤੁਹਾਨੂੰ 2.5 ਫੀਟ ਦਾ ਫਰੰਟ ਇੱਥੇ 2.5.5 ਫੀਟ ਦਾ ਦੇਖਣ ਨੂੰ ਮਿਲ ਰਿਹਾ ਆ। ਲੋਕੈਲਿਟੀ ਬਹੁਤ ਸ਼ਾਨਦਾਰ ਹੈ, ਫੈਮਲੀਜ਼ ਆ ਚੁੱਕੀਆਂ ਆ, ਬਹੁਤ ਜ਼ਿਆਦਾ ਘਰ ਇੱਥੇ ਬਣ ਚੁੱਕੇ ਆ, ਰੋਡ ਬਹੁਤ ਹੀ ਖੁੱਲ੍ਹੀ ਹੈ, ਈਵਨ ਵਾਇਰਿੰਗ ਵੀ ਦੂਜੀ ਸਾਈਡ ਹੈ, ਤੁਹਾਨੂੰ ਵਧੀਆ ਫੀਲ ਹੋਏਗਾ। ਸੋ ਗੱਲ ਕਰਦੇ ਹਾਂ ਘਰ ਦੀ, 3 ਬੈੱਡਰੂਮ ਡਿਜ਼ਾਈਨ ਕੀਤੇ ਗਏ, 2 ਬੈੱਡਰੂਮ ਗਰਾਊਂਡ ਫਲੋਰ 'ਤੇ ਆ ਜਾਣਗੇ, 1 ਗੱਡੀ ਆਊਟਰ ਪਾਰਕ ਹੋ ਜਾਏਗੀ, 1 ਤੁਹਾਡੀ ਇੰਟਰਨਲ ਪਾਰਕ ਹੋ ਜਾਏਗੀ, ਈਵਨ ਤੁਹਾਡਾ ਕੁਝ ਸਪੇਸ, ਸਟੋਰੇਜ ਸਪੇਸ ਤੁਹਾਡਾ ਇੱਥੇ ਵੀ ਆ ਜਾਏਗਾ ਸਟੇਅਰ ਦੇ ਥੱਲੇ। ਆਊਟਰ ਸਟੇਅਰ ਹੈ, ਸੋ ਫਸਟ ਫਲੋਰ ਦੇ ਪੋਰਸ਼ਨ ਨੂੰ ਤੁਸੀਂ ਰੈਂਟ ਆਊਟ ਵੀ ਕਰ ਸਕਦੇ ਹੋ। ਚਲੋ ਘਰ ਵਿੱਚ ਐਂਟਰ ਕਰਦੇ ਹਾਂ, ਡਿਜੀਟਲ ਲੌਕ ਨਾਲ ਐਂਟਰੈਂਸ ਆ ਜਾਏਗੀ ਤੁਹਾਡੀ। ਐਂਟਰ ਕਰਦੇ ਤੁਹਾਡਾ ਸੋਹਣਾ ਲਿਵਿੰਗ ਏਰੀਆ ਵੈਲਕਮ ਕਰੇਗਾ। ਟੀਵੀ ਪੈਨਲ ਤਾਂ ਬਾ ਕਮਾਲ, ਬਹੁਤ ਹੀ ਵੱਡਾ, ਬਹੁਤ ਹੀ ਸੋਹਣਾ ਲੱਗਾ ਹੋਇਆ ਆ। ਸੋ ਓਵਰਆਲ ਲਿਵਿੰਗ ਏਰੀਆ ਦੀ ਗੱਲ ਕਰੀਏ, 7-8 ਸੀਟਰ ਸੋਫਾ, ਬਹੁਤ ਵਧੀਆ, ਬਹੁਤ ਸੋਹਣਾ ਪਲੈਨ ਹੋ ਜਾਏਗਾ। ਵੋਲ 'ਤੇ ਆਪਾਂ ਨੂੰ ਫਰੇਮ ਵਰਕ ਦਿਖ ਰਿਹਾ ਆ, ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਆ। ਫੋਲ ਸੀਲਿੰਗ 'ਚ ਵੁਡਨ ਵਰਕ ਵੀ ਦੇਖਣ ਨੂੰ ਮਿਲ ਰਿਹਾ, ਅਤੇ ਸ਼ੈਂਡਲੀਅਰ ਲੱਗਾ ਹੋਇਆ ਆ ਵਿਦ ਫੋਲ ਸੀਲਿੰਗ ਲਾਈਟਸ ਦੇ ਨਾਲ। ਸਾਹਮਣੇ ਤੁਹਾਡਾ ਡਾਇਨਿੰਗ ਏਰੀਆ ਆ ਗਿਆ, ਡਾਇਨਿੰਗ ਏਰੀਆ 'ਚ ਆਰਾਮ ਨਾਲ ਤੁਹਾਡਾ 4-ਸੀਟਰ ਡਾਇਨਿੰਗ ਟੇਬਲ ਲੱਗ ਜਾਏਗਾ, ਅਤੇ ਸਾਹਮਣੇ ਵੱਡਾ ਵਾਲ, ਪੂਰੀ ਸਾਈਜ਼ ਦਾ ਟੀਵੀ ਪੈਨਲ ਤੁਹਾਡਾ ਵੈਲਕਮ ਕਰ ਹੀ ਰਿਹਾ ਆ। ਸੋ ਇਸ ਸਾਈਡ ਆਪਣੀ ਮੋਡਲਰ ਕਿਚਨ ਆ ਜਾਏਗੀ, ਯਾਨੀ ਕਿ ਡਾਇਨਿੰਗ ਏਰੀਆ ਦੇ ਬਿਲਕੁਲ ਸਾਹਮਣੇ ਤੁਹਾਡੀ ਮੋਡਲਰ ਕਿਚਨ ਆ ਜਾਏਗੀ, ਐਲ ਸ਼ੇਪ 'ਚ, ਬਹੁਤ ਹੀ ਸੋਹਣੀ ਡਿਜ਼ਾਈਨ ਕੀਤੀ ਗਈ ਹੈ। ਸਾਰੀ ਬ੍ਰਾਂਡਿਡ ਸੈਨੇਟਰੀ ਫਿਟਿੰਗ ਮਿਲ ਰਹੀ ਹੈ, ਯਾਨੀ ਕਿ ਸੈਰਾ ਬ੍ਰਾਂਡ ਮਿਲ ਰਿਹਾ, ਸਾਊਂਡਲੈਸ ਥਿੰਗ ਮਿਲ ਰਿਹਾ, ਅਪਰ ਐਂਡ ਡਾਊਨ ਦੋਨੋਂ ਤਰ੍ਹਾਂ ਦੇ ਕੈਬਿਨੇਟਸ ਮਿਲ ਰਹੇ ਆ। ਫੋਲ ਸੀਲਿੰਗ 'ਚ ਐਲਈਡੀ ਲਾਈਟ ਇੱਥੇ ਵੀ ਯੂਜ਼ ਕੀਤੀ ਗਈ ਹੈ। ਆਓ ਦੋਨੋਂ ਬੈੱਡਰੂਮ ਦੇਖਦੇ ਹਾਂ, ਜੋ ਗਰਾਊਂਡ ਫਲੋਰ 'ਤੇ ਡਿਜ਼ਾਈਨ ਕੀਤੇ ਗਏ ਆ। ਫੋਲ ਸੀਲਿੰਗ ਬਹੁਤ ਹੀ ਸੋਹਣੀ ਲੱਗ ਰਹੀ ਹੈ, ਐਲ ਸ਼ੇਪ 'ਚ ਡਿਜ਼ਾਈਨ ਕੀਤੀ ਗਈ ਹੈ। ਸਾਹਮਣੇ ਬੈੱਡ ਦੀ ਬੈਕ ਵਾਲ ਆ ਗਈ, ਜੋ ਕਿ ਤੁਹਾਨੂੰ ਚਾਰਕੋਲ ਸ਼ੀਟ ਅਤੇ ਵਾਲਪੇਪਰ ਦਾ ਕੋਂਬੀਨੇਸ਼ਨ ਦੇਖਣ ਨੂੰ ਮਿਲ ਰਿਹਾ ਹੈ। WPC ਦੀ ਤਰ੍ਹਾਂ ਹੁੰਦੀ ਹੈ, ਚਾਰਕੋਲ ਸ਼ੀਟ ਬਹੁਤ ਪਿਆਰੀ ਲੱਗਦੀ ਹੈ, ਥੋੜ੍ਹੇ ਡਿਜ਼ਾਈਨ ਇਸ ਵਿੱਚ ਵਧੀਆ ਮਿਲ ਜਾਂਦੇ ਆ। ਫੁੱਲ ਸਾਈਜ਼ ਦੇ ਕਬਰਡਸ ਆ ਗਏ, ਵਿਦ ਐਂਡ ਟੋਪ ਹੈਡ ਤੱਕ ਕਬਰਡ ਬਣਾਏ ਗਏ ਆ, ਡੋਰ ਦੇ ਉੱਪਰ ਵੀ ਤੁਹਾਡਾ ਕਬਰਡ ਬਹੁਤ ਦੇਖਣ ਨੂੰ ਮਿਲ ਰਿਹਾ ਆ। ਪਲੱਸ ਇਸ ਇਜ਼ ਆਪਣਾ LED TV ਪੈਨਲ ਆ ਗਿਆ, ਬਹੁਤ ਸੋਹਣਾ ਡਿਜ਼ਾਈਨ ਹੈ, ਬਹੁਤ ਪਿਆਰਾ ਲੱਗ ਰਿਹਾ ਹੈ। ਇਸ ਇਜ਼ ਗੱਲ ਕਰੀਏ ਆਪਣਾ ਅਟੈਚ ਵਾਸ਼ਰੂਮ ਆ ਜਾਏਗਾ, ਮਿਰਰ ਵਰਕ ਲੱਗਣਾ ਬਾਕੀ ਹੈ, ਬਾਕੀ ਵਾਸ਼ਰੂਮ ਆਲਮੋਸਟ ਕੰਪਲੀਟ ਹੈ। ਫੁੱਲ ਲੈਂਥ ਦੀ ਤੁਹਾਨੂੰ ਇੱਥੇ ਟਾਇਲ ਦੇਖਣ ਨੂੰ ਮਿਲ ਰਹੀ ਹੈ। ਇਸ ਜਗ੍ਹਾ ਆਪਣੀ ਵੈਨਿਟੀ ਆ ਜਾਏਗੀ, ਇਸ ਜਗ੍ਹਾ ਆਪਣਾ ਸਿਟਿੰਗ ਏਰੀਆ ਆ ਜਾਏਗਾ, ਬਿਲਕੁਲ ਸਾਹਮਣੇ ਤੁਹਾਡਾ ਸ਼ਾਰ ਏਰੀਆ ਆ ਜਾਏਗਾ। ਚੱਲਦੇ ਹਾਂ ਸੈਕਿੰਡ ਰੂਮ ਦੀ ਤਰਫ, ਇਸ ਤਰਫ ਆਪਣਾ ਸੈਕਿੰਡ ਬੈੱਡਰੂਮ ਆ ਗਿਆ। ਫੋਲ ਸੀਲਿੰਗ 'ਚ LED ਲਾਈਟ ਇੱਥੇ ਵੀ ਆਪਾਂ ਨੂੰ ਮਿਲ ਰਹੀ ਹੈ। ਬੈੱਡ ਦੀ ਬੈਕ ਵਾਲ ਬਿਊਟੀਫੁੱਲ ਡਿਜ਼ਾਈਨ ਨਾਲ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ, ਵਾਲਪੇਪਰ ਪਲੱਸ WPC ਦਾ ਕੋਂਬੀਨੇਸ਼ਨ ਹੈ। ਇਸ ਆਪਣੇ ਫੁੱਲ ਸਾਈਜ਼ ਦੇ ਕਬਰਡਸ ਆ ਗਏ, ਬਹੁਤ ਹੀ ਪਿਆਰੇ ਲੱਗ ਰਹੇ ਆ, ਡੋਰ ਹਾਈਟ ਤੱਕ
ਫੁੱਲ ਐਨ ਰੂਫ ਹਾਈਟ ਤੱਕ ਤੁਹਾਡੇ ਕਵਰਸ ਬਣੇ ਹੋਏ ਆ। ਸਾਹਮਣੇ ਤੁਹਾਡਾ ਵੱਡਾ ਟੀ ਵੀ ਪੈਨਲ ਆ ਗਿਆ। ਇਸ ਰੂਮ ਦੇ ਨਾਲ ਵੀ ਤੁਹਾਡਾ ਅਟੈਚ ਵਾਸ਼ਰੂਮ ਰਹੇਗਾ, ਇਸ ਵਿੱਚ ਮਿਰਰ ਇੰਸਟਾਲ ਹੈ, ਲਾਈਟ ਵਾਲਾ ਮਿਰਰ ਲੱਗਾ ਹੋਇਆ ਆ, ਈਵਨ ਬਹੁਤ ਪਿਆਰਾ ਲੱਗ ਰਿਹਾ, ਤੁਹਾਨੂੰ ਬਿਲਕੁਲ ਨਾਲ ਮਿਲੇਗਾ, ਹੈ ਕਿ ਨਹੀਂ ਕਮਾਲ ਦਾ। ਹੁਣ ਚੱਲਦੇ ਹਾਂ ਆਪਾਂ ਵਾਸ਼ਿੰਗ ਏਰੀਆ ਦੀ ਤਰਫ। ਇਸ ਆਪਣਾ ਵਾਸ਼ਿੰਗ ਏਰੀਆ ਆ ਗਿਆ, ਆਰਾਮ ਨਾਲ ਤੁਹਾਡੀ ਵਾਸ਼ਿੰਗ ਮਸ਼ੀਨ ਲੱਗ ਕੇ ਇਸ ਜਗ੍ਹਾ 'ਤੇ ਸਟੈਂਡ ਲੱਗ ਜਾਏਗਾ। ਹੁਣ ਚੱਲਦੇ ਆਪਾਂ ਫਸਟ ਫਲੋਰ ਦੀ ਤਰਫ, ਜਿੱਥੇ ਤੁਹਾਡੇ ਲਈ 1 BHK ਪੋਰਸ਼ਨ ਡਿਜ਼ਾਈਨ ਕੀਤਾ ਗਿਆ ਆ, ਯਾਨੀ ਕਿ ਫਸਟ ਫਲੋਰ 'ਤੇ ਵੀ ਤੁਹਾਨੂੰ 80% ਕਵਰਡ ਏਰੀਆ ਮਿਲ ਰਿਹਾ ਆ। ਸੋ ਆਊਟਰ ਸਟੇਅਰ ਹੈ, ਫਸਟ ਫਲੋਰ ਦਾ ਪੋਰਸ਼ਨ ਬਿਲਕੁਲ ਸੈਪਰੇਟ ਹੋ ਜਾਂਦਾ ਹੈ, ਆਪਾਂ ਰੈਂਟ ਆਊਟ ਵੀ ਕਰ ਸਕਦੇ ਹਾਂ, ਪਲੱਸ ਇੱਕ ਪ੍ਰਾਈਵੇਸੀ ਮਿਲ ਜਾਂਦੀ ਆ। ਸਾਹਮਣੇ ਫਰੰਟ 'ਤੇ ਫਸਟ ਆਫ ਆਲ ਤੁਹਾਡੀ ਬੈਲਕਨੀ ਆ ਜਾਏਗੀ, ਇਸ ਆਪਣੀ ਐਂਟਰੀ ਆ ਗਈ। ਅਗੇਨ ਤੁਹਾਨੂੰ ਸੁੰਦਰ ਲਿਵਿੰਗ ਏਰੀਆ ਮਿਲ ਰਿਹਾ। ਜ਼ਿਆਦਾਤਰ ਘਰਾਂ 'ਚ ਤੁਹਾਨੂੰ ਪਤਾ ਹੈ ਫਸਟ ਫਲੋਰ 'ਤੇ ਸਿਰਫ ਰੂਮ ਹੀ ਬਣਾਇਆ ਜਾਂਦਾ ਜੇਕਰ 3 bedroom ਹੈ, ਪਰ ਇਸ ਘਰ ਵਿੱਚ ਤੁਹਾਨੂੰ 1 BHK ਮਿਲ ਰਿਹਾ, ਯਾਨੀ ਕਿ ਹੋਲ ਪਲੱਸ ਕਮਰਾ ਦੋਨੋਂ ਚੀਜ਼ਾਂ ਮਿਲ ਰਹੀਆਂ ਆ। ਓਵਰਆਲ ਲਿਵਿੰਗ ਏਰੀਆ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਗਿਆ ਆ। ਇਸ ਆਪਣੀ ਮੋਡਲਰ ਕਿਚਨ ਆ ਗਈ ਵਿਦ ਬ੍ਰੈਂਡਡ ਸੈਨੀਟਰੀ ਫਿਟਿੰਗ ਦੇ ਨਾਲ, ਐਲ ਸ਼ੇਪ ਕਿਚਨ ਹੈ। ਇਸ ਆਪਣਾ 3rd bedroom ਆ ਗਿਆ, ਅਗੇਨ ਫੋਲ ਸੀਲਿੰਗ ਦਾ ਪੈਟਰਨ ਬਹੁਤ ਹੀ ਪਿਆਰਾ ਆ। ਬੈੱਡ ਦੀ ਬੈਕ ਵਾਲ ਆ ਗਈ, ਬਹੁਤ ਹੀ ਸੋਹਣੀ ਲੱਗ ਰਹੀ ਹੈ। ਇਸ ਆਪਣੇ ਕਬਰਡਸ ਆ ਗਏ, ਫੁੱਲ ਲੈਂਥ ਦੇ ਕਬਰਡ ਮਿਲ ਰਹੇ ਆ ਵਿਦ ਡਰੈਸਿੰਗ ਟੇਬਲ, ਔਰ ਇਸ ਆਪਣਾ ਟੀ ਵੀ ਪੈਨਲ ਆ ਗਿਆ। ਇਸ ਰੂਮ ਦੇ ਨਾਲ ਵੀ ਆਪਣਾ ਅਟੈਚ ਵਾਸ਼ਰੂਮ ਹੈ, ਬਹੁਤ ਹੀ ਸੋਹਣਾ ਲੱਗ ਰਿਹਾ ਆ। ਹੁਣ ਦੇਖਾਂਗੇ ਆਪਾਂ ਬਾਹਰ ਟੈਰਿਸ ਏਰੀਆ, ਯਾਨੀ ਕਿ ਅਗਰ ਤੁਸੀਂ 4 bedroom ਦੀ ਵੀ ਕੰਸਟਰਕਸ਼ਨ ਕਰਨੀ ਹੈ ਤਾਂ ਤੁਹਾਡੇ ਕੋਲ ਸਪੇਸ ਅਵੇਲੇਬਲ ਹੈ। ਇਸ ਜਗ੍ਹਾ 'ਤੇ ਆਪਣਾ ਟੈਰਿਸ ਏਰੀਆ ਆ ਗਿਆ। ਸੋ ਫਰੈਂਡਸ, ਏਰੀਆ ਪੂਰਾ ਡੈਵਲਪ ਹੈ, ਬੈਕ ਟੂ ਬੈਕ ਬਹੁਤ ਸਾਰੇ ਘਰ ਤੁਹਾਨੂੰ ਬਣੇ ਹੋਏ ਦਿਖ ਰਹੇ ਆ, ਇਸ ਸਾਈਡ ਵੀ ਸਾਰੇ ਘਰ ਬਣ ਚੁੱਕੇ ਆ। ਇਹ ਸੀ ਤੁਹਾਡੇ ਲਈ 3 bedroom ਬਿਊਟੀਫੁਲ ਹਾਊਸ, 110 ਗਜ਼ ਵਿੱਚ ਡਿਜ਼ਾਈਨ, 3 bedrooms ਦੇ ਨਾਲ, 95 lakh ਦਾ ਪ੍ਰਾਈਜ਼ ਹੈ, ਜੋ ਕਿ ਏਅਰਪੋਰਟ ਰੋਡ ਦੇ ਨਜ਼ਦੀਕ ਕਾਫੀ ਜੈਨੂਇਨ ਪ੍ਰਾਈਜ਼ ਹੈ, ਠੀਕ ਪ੍ਰਾਈਜ਼ ਹੈ, ਤੁਸੀਂ ਬਾਏ ਕਰ ਸਕਦੇ ਹੋ। ਓਵਰਆਲ ਕੰਸਟਰਕਸ਼ਨ ਕੁਆਲਿਟੀ ਵਧੀਆ ਯੂਜ਼ ਹੋਈ ਹੈ, ਤੁਸੀਂ ਇੱਕ ਵਾਰੀ ਵਿਜ਼ਿਟ ਪਲਾਨ ਕਰ ਸਕਦੇ ਹੋ। ਸਕਰੀਨ 'ਤੇ ਸਾਡਾ ਨੰਬਰ ਮੈਂਸ਼ਨ ਹੈ, ਜਲਦੀ ਤੋਂ ਵਿਜ਼ਿਟ ਪਲਾਨ ਕਰ ਲਓ। ਥੈਂਕ ਯੂ ਐਵਰੀਵਨ।